ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਲਾਖਾ ਜੀ ਮੌਜੂਦ ਨੇ। ਲਾਖਾ ਜੀ, ਚੋਣ ਮੈਦਾਨ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਤੁਹਾਨੂੰ ਉਤਾਰਤਾ, ਕਿਸ ਤਰ੍ਹਾਂ ਦੀ ਤਿਆਰੀ ਹੈ, ਕਿਵੇਂ ਲੱਗਦਾ, ਕੀ ਸਥਿਤੀ ਰਹਿਣ ਵਾਲੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਨਿਊਜ਼ ਚੈਨਲ ਦਾ ਧੰਨਵਾਦ ਕਰਦੇ ਹਾਂ। ਦੇਖੋ, ਪਾਰਟੀ ਨੇ ਸਾਨੂੰ ਮੌਕਾ ਦਿੱਤਾ ਆ ਅਤੇ ਸਾਡੇ ਵਿੱਚ ਜੇ ਕੁਛ ਉਹਨਾਂ ਨੂੰ ਪਾਰਟੀ ਨੂੰ ਲੱਗਾ ਤਾਂ ਹੀ ਸਾਨੂੰ ਉਹਨਾਂ ਨੇ ਮਤਲਬ ਇਸ ਚੀਜ਼ ਦੇ ਕਾਬਿਲ ਅਸੀਂ ਹੈਗੇ ਹਾਂ ਤਾਂ ਹੀ ਮਤਲਬ ਸਾਨੂੰ ਮੌਕਾ ਦਿੱਤਾ। ਅੱਛਾ, ਇੱਕ ਚੀਜ਼ ਹੋਰ, ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦਾ ਪਹਿਲਾਂ ਗੱਠਜੋੜ ਸੀ, ਉਸ ਤੋਂ ਬਾਅਦ ਨਹੀਂ ਰਿਹਾ, ਪਰ ਦੇਖੋ ਤੁਹਾਨੂੰ ਲੈ ਕੇ ਬੇਸ਼ੱਕ ਅਕਾਲੀ ਦਲ ਨੇ ਆਪਦਾ ਉਮੀਦਵਾਰ ਖੜਾ ਕੀਤਾ ਸੀ, ਤੱਕੜੀ ਚੋਣ ਨਿਸ਼ਾਨ ਤੇ ਬੀਬੀ ਸੁਰਜੀਤ ਕੌਰ ਚੋਣ ਮੈਦਾਨ ਦੇ ਵਿੱਚ ਨੇ, ਪਰ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਕਹਿੰਦੇ ਕਿ ਅਸੀਂ ਲਾਖਾ ਸਾਹਿਬ ਨੂੰ ਸਮਰਥਨ ਦਿੱਤਾ। ਦੇਖੋ ਜੀ, ਇਹ ਤਾਂ ਅਸੀਂ ਖੁਸ਼ਕਿਸਮਤ ਵਾਲੇ ਹਾਂ, ਮਤਲਬ ਸਾਡਾ ਉਹਨਾਂ ਨੇ ਸਾਨੂੰ ਸਿੱਧਾ ਹੀ ਸਮਰਥਨ ਕਰ ਦਿੱਤਾ ਵੀ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਸਮਰਥਨ, ਅਸੀਂ ਉਹਨਾਂ ਦੇ ਸਮਰਥਨ ਦੇ ਨਾਲ ਠੀਕ ਆ, ਵੈਲਕਮ ਕਰਦੇ ਹਾਂ ਉਹਨਾਂ ਨੂੰ, ਸਵਾਗਤ ਆ ਸਰ ਅਸੀਂ ਕਰਦੇ ਉਹਨਾਂ ਦਾ। ਅੱਛਾ, ਪਰ ਇਹ ਸਮਰਥਨ ਜਦੋਂ ਤੁਹਾਨੂੰ ਮਿਲਿਆ ਤੁਸੀਂ ਆਪਣੇ ਕਨਫਿਊਜ਼ ਜਿਹੇ ਹੋਏ ਕਿ ਯਾਰ ਅਕਾਲੀ ਦਲ ਦੀ ਤਾਂ ਉਮੀਦਵਾਰ ਬੀਬੀ ਚੋਣ ਮੈਦਾਨ ਦੇ ਵਿੱਚ ਹੈ, ਅਕਾਲੀ ਦਲ ਦੇ ਤੱਕੜੀ ਚੋਣ ਨਿਸ਼ਾਨ ਤੇ ਚੋਣ ਮੈਦਾਨ ਦੇ ਵਿੱਚ ਹੈ ਤੇ ਫਿਰ ਵੀ ਅਕਾਲੀ ਦਲ ਵਾਲੇ ਹਾਥੀ ਤੇ ਚੜ੍ਹ ਕੇ ਤੱਕੜੀ ਦੇ ਸਾਹਮਣੇ ਪ੍ਰਚਾਰ 'ਚ ਨਿੱਤਰ ਲੱਗੇ ਆ? ਦੇਖੋ, ਜਦੋਂ ਸਿਤਾਰੇ ਚਮਕਦੇ ਆ ਤੇ ਹੁਣ ਸਾਡੇ ਸਿਤਾਰੇ ਚਮਕਦੇ ਨਜ਼ਰ ਆਏ ਆ ਤੇ ਮਤਲਬ ਇਹਨੂੰ ਕੌਣ ਰੋਕ ਸਕਦਾ ਆ, ਇਸ ਕਰਕੇ ਜਦੋਂ ਰੱਬ ਦੀ ਮਿਹਰ ਹੋ ਗਈ ਤਾਂ ਅਕਾਲੀ ਦਲ ਵੀ ਆਪਣੇ ਆਪ ਉਹਨਾਂ ਨੇ ਸਾਨੂੰ ਸਮਰਥਨ ਕਰ ਦਿੱਤਾ। ਨਹੀਂ, ਤੁਹਾਨੂੰ ਐਂ ਨਹੀਂ ਲੱਗਦਾ ਵੀ ਅਕਾਲੀ ਦਲ ਦਾ ਰੌਲਾ ਪੈਣਾ ਸੀ ਤੇ ਤੁਹਾਨੂੰ ਸਮਰਥਨ ਮਿਲਣਾ ਸੀ? ਦੇਖੋ, ਇਹ ਤਾਂ ਮਤਲਬ ਹੁਣ ਇਹ ਤਾਂ ਕੁਦਰਤੀ ਗੱਲ ਹੈ ਜੀ, ਸਾਡਾ ਤਾਂ ਅਸੀਂ ਤਾਂ ਕਿਹਾ ਨਹੀਂ ਉਹਨਾਂ ਨੂੰ, ਅਗਲੇ ਨੇ ਆਪਣੇ ਆਪ ਸਾਨੂੰ ਐਲਾਨ ਕਰਤਾ ਵੀ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਹੀ ਸਮਰਥਨ ਕਰਦੇ ਹਾਂ। ਅੱਛਾ, ਕੀ ਸਿਚੁਏਸ਼ਨ ਕੀ ਰਹਿਣ ਵਾਲੀ ਲੱਗਦੀ ਹੈ ਤੁਹਾਨੂੰ ਕਿ ਬਹੁਜਨ ਸਮਾਜ ਪਾਰਟੀ ਨੂੰ ਕੋਈ ਜ਼ਿਆਦਾ ਵੋਟ ਪਾਰਲੀਮੈਂਟ ਚੋਣਾਂ 'ਚ ਨਹੀਂ ਪਈ, ਅਕਾਲੀ ਦਲ ਨੂੰ 2600 ਪਈ, ਕਿਵੇਂ ਦੇਖਦੇ ਹੋ ਉਹ 2600 ਵੋਟ ਤੁਹਾਡੀ ਆਪਦੀ ਜਿਹੜੀ ਮਿਲਾ ਦਾ ਵੀ 1500 ਵੋਟ ਬਹੁਜਨ ਸਮਾਜ ਪਾਰਟੀ ਦੀ, ਤਾਂ ਕਿਵੇਂ ਦੇਖਦੇ ਹੋ ਵੀ ਇਹ ਹਾਲਾਂਕਿ ਦਲਿਤ ਇਲਾਕਾ, ਦਲਿਤ ਵੋਟਰ ਬਹੁਤ ਹੈ ਇੱਥੇ, ਤਾਂ ਕਿਵੇਂ ਤੁਸੀਂ ਉਸ ਵੋਟਰ ਨੂੰ ਕਨਵਰਟ ਕਰਨਾ ਆਪਦੇ ਵਾਲੇ ਪਾਸੇ ਲੈ ਕੇ ਆਉਣਾ? ਦੇਖੋ, ਇਹ ਜਿਹੜੀ ਵੋਟ ਦਾ ਚੜਾਥਲਾ ਆ ਇਹ ਤਾਂ ਪਾਰਟੀਆਂ ਚੱਲਦਾ ਰਹਿੰਦਾ ਹੈ, ਇੱਥੇ ਬੀਜੇਪੀ ਵੀ 400 ਪਾਰ ਕਰਦੀ ਸੀ, ਉਹ ਵੀ 240 ਤੇ ਸਮਿਟੀ ਗਈ ਹੈ, ਇਹ ਗੱਲ ਕੋਈ ਨਹੀਂ, ਕਦੇ ਵਧੀ ਆ। ਪਿਛਲੇ ਲੋਕ ਸਭਾ ਦੇ ਵਿੱਚ ਅਸੀਂ 2,04,000 ਵੋਟ ਲੈ ਗਏ ਸੀ, ਜੇ ਘੱਟ ਗਿਆ ਤਾਂ ਕੋਈ ਗੱਲ ਨਹੀਂ, ਇਸ ਵਾਰੀ ਵੱਧ ਜਾਊਗਾ। ਅੱਛਾ, ਕਾਂਟੇ ਦੀ ਟੱਕਰੇ ਸਵਾਰੀ ਨਾ ਉਮੀਦਵਾਰ ਜਿਹੜੇ ਨੇ ਪਹਿਲਾਂ ਜਿਹੜੇ ਜਿੱਤੇ ਸੀ ਸ਼ੀਤਲ ਉਂਗਰਾਲ ਹੋਣੀ, ਸੱਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸਤੀਫਾ ਦੇ ਕੇ ਹੁਣ ਉਹ ਬੀਜੇਪੀ ਨੇ ਚੋਣ ਮੈਦਾਨ ਦੇ ਵਿੱਚ ਉਹਨਾਂ ਨੂੰ ਉਤਾਰਿਆ, ਇੱਕ ਪਾਸੇ ਉਹ ਨੇ, ਉੱਧਰ ਚੰਨੀ ਸਾਹਿਬ ਦੇ ਨਾਂ 'ਤੇ ਕਾਂਗਰਸ ਨੂੰ ਲੱਗਦਾ ਕਿ ਕਾਂਗਰਸ ਵੀ ਠੀਕ ਠਾਕ ਜਾਏਗੀ, ਅਤੇ ਸੱਤਾ ਧਿਰ ਦਾ ਮੁੱਖ ਮੰਤਰੀ ਸਾਹਿਬ ਆਪ ਆ ਕੇ ਬੈਠ ਗਏ ਨੇ ਜਲੰਧਰ। ਚਲੋ, ਕੋਈ ਗੱਲ ਨਹੀਂ, ਦੇਖੋ ਜੇ ਮੁੱਖ ਮੰਤਰੀ ਜੀ ਆਪ ਆ ਕੇ ਬਹਿ ਗਏ ਨੇ ਅਤੇ ਉਹਨਾਂ ਦੇ ਆਪਣੇ ਜਿਹੜੇ ਆਪਣੇ MLA ਛੱਡ ਛੱਡ ਕੇ ਇੱਧਰ ਉੱਧਰ ਦੌੜਨ ਡਏ ਆ, ਐਡਾ ਕੋਈ ਇਹ ਗੱਲ ਨਹੀਂ ਹੁੰਦੀ ਕਿਸੇ ਦਾ ਕੋਈ ਮਤਲਬ ਕੋਈ ਨਹੀਂ। ਜੇ ਸ਼ੀਤਲ ਜੀ ਉੱਧਰੋਂ ਚਲੇ ਗਏ ਤਾਂ ਉਹ ਮਤਲਬ ਲੋਕਾਂ ਨੂੰ ਵੀ ਪਤਾ ਆ, 2.5 ਸਾਲ ਤੱਕ ਉਹਨਾਂ ਨੇ ਲੋਕਾਂ ਦੇ ਨਾਲ ਲੋਕ ਕਿੱਦਾਂ ਗਾਂਹ ਵਿਸ਼ਵਾਸ ਕਰਨਗੇ ਉਹਨਾਂ 'ਤੇ, ਇੱਕ ਵਾਰ ਮੌਕਾ ਦਿੱਤਾ ਆ, ਹੁਣ ਵਾਰ ਵਾਰ ਥੋੜ੍ਹੀ ਮੌਕਾ ਮਿਲੀ ਜਾਊਗਾ। ਤੁਹਾਡਾ ਪ੍ਰਚਾਰ ਕਰਨ ਲਈ ਕਿਸ ਲੈਵਲ ਦੀ ਲੀਡਰਸ਼ਿਪ ਆਏਗੀ? ਦੇਖੋ, ਮੇਰੇ ਪ੍ਰਚਾਰ 'ਤੇ ਲੱਗੇ ਹੋਏ ਆ, ਸਾਡੀਆਂ ਟੀਮਾਂ ਬਣੀਆਂ, ਪੂਰੇ ਪੰਜਾਬ ਦੀ ਲੀਡਰਸ਼ਿਪ ਡਟੀ ਹੋਈ ਆ ਸਾਡੀ, ਅਸੀਂ ਮਤਲਬ ਡੋਰ ਟੂ ਡੋਰ ਸਾਡਾ ਚੱਲ ਰਿਹਾ ਆ ਲਗਾਤਾਰ, ਅਤੇ ਮੇਰੇ ਸਾਡੀ ਕੰਪੇਨ ਬਹੁਤ ਵਧੀਆ ਚੱਲ ਰਹੀ ਹੈ। ਅੱਛਾ, ਇਹਨਾਂ ਪੂਰੇ ਹਾਲਾਤਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਮੁਕਾਬਲਾ ਕਿੱਥੇ ਰਹਿ ਸਕਦਾ, ਤੁਸੀਂ ਆਪਦੇ ਆਪ ਨੂੰ ਮੁਕਾਬਲੇ ਦੇਖਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਰਿਆਂ ਨੂੰ ਪਛਾੜ ਸਕਦੇ ਹੋ? ਦੇਖੋ, ਅਸੀਂ ਤਾਂ ਮਤਲਬ ਸਾਰਿਆਂ ਨੂੰ ਪਛਾੜਨ ਦੀ ਨੀਤੀ ਦੇ ਨਾਲ ਲੱਗੇ ਹੋਏ ਹਾਂ, ਅਸੀਂ ਤਾਂ ਮੁਕਾਬਲਾ ਮੰਨਦੇ ਹੀ ਨਹੀਂ ਇਹਨਾਂ ਦੇ ਨਾਲ, ਅਸੀਂ ਇਹਨਾਂ ਤੋਂ ਉੱਪਰ ਚੱਲ ਰਹੇ ਹਾਂ ਸਾਰਿਆਂ ਤੋਂ, ਸਾਨੂੰ ਲੱਗਦਾ ਵੀ ਮਤਲਬ ਸਾਨੂੰ ਜਿੱਦਾਂ ਅਸੀਂ ਮੁਹੱਲਿਆਂ ਦੇ ਵਿੱਚ ਜਾ ਰਹੇ ਹਾਂ ਲੋਕ ਸਾਨੂੰ ਸਮਰਥਨ ਦੇ ਰਿਹਾ, ਜੋ ਸਮੱਸਿਆ ਇੱਥੇ ਇਸ ਵਿਧਾਨ ਸਭਾ ਦੇ ਅੰਦਰ ਸਭ ਤੋਂ ਵੱਡੀ ਨਸ਼ੇ ਦੀ ਜਿਹੜੀ ਹੈਗੀ ਸਮੱਸਿਆ, ਸੀਵਰੇਜ, ਪਾਣੀ, ਬੁਰਾ ਹਾਲ ਇੱਥੇ, ਚੋਰੀਆਂ, ਡਕੈਤੀਆਂ, ਗੁੰਡਾਗਰਦੀ, ਲੁੱਟ ਖੋਹ, ਇਹ ਜਿਹੜੀ ਸਮੱਸਿਆ ਸੀ ਤਾਂ ਇਹਨਾਂ ਨੂੰ ਲੈ ਕੇ ਮੈਦਾਨ ਦੇ ਵਿੱਚ ਉਤਰੇ ਹੋਏ ਹਾਂ।
ਅੱਛਾ ਇੱਕ ਚੀਜ਼ ਹੋਰ, ਅਕਾਲੀ ਦਲ ਪ੍ਰਧਾਨ ਨੇ ਬੇਸ਼ੱਕ ਤੁਹਾਨੂੰ ਸਮਰਥਨ ਦੇਣ ਦਾ ਐਲਾਨ ਕਰਤਾ, ਪਰ ਕੀ ਤੁਸੀਂ, ਕਿਉਂਕਿ ਉਹ ਕਹਿੰਦੇ ਕਿ ਜੇ ਸਾਨੂੰ ਸੁਨੇਹਾ ਆਊਗਾ ਤਾਂ ਅਸੀਂ ਪ੍ਰਚਾਰ ਲਈ ਵੀ ਜਾਵਾਂਗੇ, ਤਾਂ ਕੀ ਤੁਸੀਂ ਆਸ ਕਰਦੇ ਹੋ, ਕੀ ਤੁਸੀਂ ਸੁਨੇਹਾ ਘੱਲੋਗੇ ਕਿ ਭਾਈ ਅਕਾਲੀ ਦਲ ਵਾਲੇ ਹੁਣ ਜੇ ਹਾਥੀ ਦੇ ਹੱਕ ਦੇ ਵਿੱਚ ਨਿਤਰੇ ਆ ਤਾਂ ਹਾਥੀ ਤੇ ਚੜ੍ਹ ਕੇ ਪ੍ਰਚਾਰ ਵੀ ਕਰੋ? ਨਹੀਂ, ਉਹ ਸਾਡੇ ਨਾਲ ਲੱਗੇ ਹੋਏ ਆ, ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਉਹਨਾਂ ਦੇ ਨਾਲ, ਉਹ ਲੱਗੇ ਹੋਏ ਆ, ਉਹਨਾਂ ਨੇ ਆਪਣਾ ਸਮਰਥਨ ਸਾਨੂੰ ਦਿੱਤਾ ਆ, ਉਹਨੇ ਆਪਣੇ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਕਹਿ ਦਿੱਤਾ ਆ, ਆਪਣੀ ਉਹਨਾਂ ਦੀ ਟੀਮਾਂ ਲੱਗੀਆਂ ਹੋਈਆਂ ਨੇ ਸਾਡੇ ਨਾਲ, ਮਤਲਬ ਸਾਨੂੰ, ਮੈਂ ਉਹਨਾਂ ਦੇ ਦੋ ਤਿੰਨ ਪ੍ਰੋਗਰਾਮ ਜਾ ਚੁੱਕਾ, ਦੋ ਤਿੰਨ ਮੀਟਿੰਗਾਂ ਜਾ ਵੀ ਆਇਆ ਉਹਨਾਂ ਦੇ। ਅੱਛਾ, ਅਕਾਲੀ ਦਲ ਦੀਆਂ ਮੀਟਿੰਗਾਂ ਤੁਹਾਡੇ ਲਈ ਹੋਣ ਲੱਗੀਆਂ? ਜੀ ਜੀ। ਤੇ ਜਿਹੜੇ ਹੁਣ ਅਕਾਲੀ ਦਲ ਦੇ ਕਈ ਥਾਵਾਂ ਤੇ ਝੰਡੇ ਨਜ਼ਰ ਆਉਂਦੇ ਆ, ਤਾਂ ਉਹ ਹੁਣ ਝੰਡੇ ਉਹ ਅਕਾਲੀ ਦਲ ਉਮੀਦਵਾਰ ਦੇ ਆ ਕਿ ਅਕਾਲੀ ਦਲ ਪਾਰਟੀ ਦੇ ਆ, ਉਹ ਝੰਡੇ ਵੀ ਬੜੀ ਕਨਫਿਊਜ਼ਨ ਕ੍ਰੀਏਟ ਕਰਦੇ ਆ। ਦੇਖੋ, ਉਹ ਉਹਨਾਂ ਦਾ ਅੰਦਰੂਨੀ ਮਾਮਲਾ ਹੈ, ਅਸੀਂ ਉਹਨਾਂ ਦਾ ਕੁਛ ਨਹੀਂ ਕਹਿ ਸਕਦੇ, ਇਹ ਉਹਨਾਂ ਦਾ ਅੰਦਰੂਨੀ ਮਾਮਲਾ ਹੈ। ਜੇ ਸਾਨੂੰ ਵੱਲੋਂ ਸਮਰਥਨ ਦਿੱਤਾ ਤੇ ਅਸੀਂ ਉਸ ਸਮਰਥਨ ਦਾ ਵੈਲਕਮ ਕਰਦੇ ਹਾਂ। ਉਹਨਾਂ ਦੇ ਰੌਲੇ ਜੇ ਤੁਹਾਨੂੰ ਫਾਇਦਾ ਮਿਲਦਾ ਤਾਂ ਮਿਲ ਜੇ। ਜ਼ਰੂਰ ਜ਼ਰੂਰ ਜੀ, ਮਤਲਬ ਇਹ ਤਾਂ ਹੈ ਹੀ ਆ। ਦੇਖੋ, ਅਸੀਂ ਸਾਨੂੰ ਵਾਲਿਆਂ ਨੇ ਸਮਰਥਨ ਦਿੱਤਾ ਓਪਨਲੀ, ਇਹ ਨਹੀਂ ਕਿ ਮਤਲਬ ਅੰਦਰ ਕਮਰੇ 'ਚ ਵੜ ਕੇ ਤਾਂ ਹੋਇਆ ਨਹੀਂ, ਤੁਸੀਂ ਵੀ ਪੜ੍ਹਿਆ ਸਾਰੇ ਅਖਬਾਰਾਂ ਦੇ ਵਿੱਚ ਆਇਆ, ਸਾਨੂੰ ਵਾਲਿਆਂ ਸਮਰਥਨ ਦਿੱਤਾ ਤੇ ਅਸੀਂ ਉਸ ਸਮਰਥਨ ਦਾ ਵੈਲਕਮ ਕਰਦੇ ਹਾਂ। ਆਖਿਰ ਦੇ ਵਿੱਚ ਕਿੰਨੇ ਕੌਨਫੀਡੈਂਟ ਹੋ, ਕੀ ਸਥਿਤੀ ਲੱਗਦੀ ਹੈ ਹੁਣ ਤੱਕ ਜਿਹੜਾ ਤੁਸੀਂ ਐਨਾਲਿਸਿਸ ਕੀਤਾ ਹੋਣਾ, ਕੀ ਸਥਿਤੀ ਲੱਗਦੀ ਔਰ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਵੋਟਰ ਕਰੀ ਹਰ ਇੱਕ ਪਾਰਟੀ ਨੂੰ ਉਹਨਾਂ ਨੇ ਮੌਕਾ ਦਿੱਤਾ, ਆਮ ਆਦਮੀ ਪਾਰਟੀ ਨੇ ਵੀ ਮੌਕਾ ਮੰਗਿਆ ਵੀ ਇੱਕ ਵਾਰੀ ਬਦਲਾ ਦੀ ਨੀਤੀ ਨਾ, ਅਸੀਂ ਵੀ ਕਹਿੰਦੇ ਸਾਨੂੰ ਇੱਕ ਵਾਰੀ ਮੌਕਾ ਦਿਓ, ਫਿਰ ਦੇਖਿਓ ਕਿੱਦਾਂ ਕੰਮ ਹੁੰਦੇ ਆ। ਜਿਹੜੇ ਕੰਮ ਇਸ ਏਰੀਏ ਦੇ ਅੰਦਰ ਪਿਛੜਿਆ ਪਿਆ ਏਰੀਆ, ਇਹਨੂੰ ਅਸੀਂ ਇੱਕ ਵਾਰ ਜੇ ਸਾਨੂੰ ਅਗਰ ਮੌਕਾ ਮਿਲਦਾ ਤੇ ਇਹਨੂੰ ਅਸੀਂ ਖੁਸ਼ਹਾਲ ਬਣਾ ਦਿਆਂਗੇ। ਮਤਲਬ ਪਤਾ ਲੱਗ ਜੂਗਾ ਵੀ ਇਸ ਏਰੀਏ ਦੇ ਅੰਦਰ ਕੰਮ ਕੀਤਾ, ਚਾਹੇ ਸਾਨੂੰ 2.5 ਸਾਲ ਦਾ ਸਮਾਂ ਬਚਿਆ ਆ, 2.5 ਸਾਲ ਸਾਨੂੰ ਲੋਕ ਸਾਡੇ ਤੇ ਵਿਸ਼ਵਾਸ ਕਰਕੇ ਦੇਖਣ, ਇੱਕ ਵਾਰੀ ਮੌਕਾ ਦੇਣ। ਲੱਗਦਾ ਵੀ ਲੋਕ ਯਕੀਨ ਕਰ ਰਹੇ? ਜ਼ਰੂਰ ਕਰੂਗੇ ਜੀ, ਜ਼ਰੂਰ ਕਰੂਗੇ, ਕਿਉਂਕਿ ਅਸੀਂ ਲੋਕਾਂ ਦੇ ਵਿੱਚ ਜਾਣਦੇ ਹਾਂ, ਲੋਕਾਂ ਦੀ ਸਮੱਸਿਆ ਸਾਨੂੰ ਜਿਹੜੀਆਂ ਸਾਡੇ ਮੂਹਰੇ ਵਿਚਾਰੀਆਂ ਲੇਡੀਜ਼ ਘਰਾਂ ਦੇ ਅੰਦਰ ਕੋਈ ਮੈਡੀਕਲ ਸੁਵਿਧਾ ਨਹੀਂ ਹੈਗੀ ਆ, ਕੋਈ 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 ਐਜੂਕੇਸ਼ਨ ਦੀ ਸੁਵਿਧਾ, ਲੋਕ ਬੱਚੇ ਉਦੇ ਬੇਰੁਜ਼ਗਾਰ ਪੜ੍ਹ ਲਿਖ ਕੇ ਬੇਰੁਜ਼ਗਾਰ ਫਿਰ ਰਹੇ ਆ, ਤੇ ਕਈ ਬੱਚੇ ਇੱਦਾਂ ਆ ਉਹ ਪੜ੍ਹਨ ਲਈ ਵਿਚਾਰਿਆਂ ਕੋਲ ਫੀਸਾਂ ਦੇ ਪੈਸੇ ਹੀ ਹੈ ਨਹੀਂ ਗੇ, ਤਾਂ ਇਸ ਕਰਕੇ ਸਾਨੂੰ ਮਤਲਬ ਅਸੀਂ ਆਪਣੇ ਵੀ ਇਸ ਕਰਕੇ ਦੇਖ ਰਹੇ ਹਾਂ ਵੀ ਲੋਕਾਂ ਦੇ ਵਿੱਚ ਸਾਡੇ ਲਈ ਬਦਲਾਅ ਦੀ ਨੀਤੀ ਲੈ ਕੇ ਚੱਲ ਰਹੇ ਆ ਲੋਕ ਸਾਡੇ ਲਈ।